पंजाब कांग्रेस नूं वड्डा झटका। कांग्रेसी विधायक फतेह जंग बाजवा अते बलविंदर लाडी कांग्रेस छड्ड के बीजेपी विच शामिल हो गए ने। दिल्ली स्थित भाजपा दफ्तर विच दोवें कांग्रेसी विधायक बीजेपी विच शामिल होए ने। क्रिकेटर दिनेश मोगिया भी बीजेपी विच शामिल हो गए ने। इस पूरी खबर नूं लैके गल करदे हां साडे सीनियर पत्रकार गगनदीप सिंह सोंदी नाल। जी सोंदी जी, तुहाडा इस खबर नूं लैके की कहना है? ਦੇਖੋ ਕੋਮਲ ਜੀ, ਜਦੋਂ ਗੱਲ ਅਸੀਂ ਕਰਦੇ ਬਾਜਵਾ ਹੋਰਾਂ ਦੀ, ਤੇ ਇਸ ਵਾਰ ਇੱਦਾਂ ਲੱਗਦਾ ਵੀ ਜਿਵੇਂ ਬਾਜਵਾ ਵਰਸਸ ਬਾਜਵਾ ਹੋਣ ਵਾਲਾ ਜੀ। ਇੱਕ ਵੇਲੇ ਨਾ ਪ੍ਰਤਾਪ ਬਾਜਵਾ ਜਿਹੜੇ ਆ ਉਹ ਕੈਪਟਨ ਦੇ ਨਾ ਕੱਟੜ ਵਿਰੋਧੀ ਰਹੇ ਆ ਜੀ, ਪਰ ਹੌਲੀ ਹੌਲੀ ਕਰਕੇ ਨਾ ਜਦੋਂ ਪ੍ਰਤਾਪ ਬਾਜਵਾ ਨੂੰ ਪ੍ਰਧਾਨ ਬਣਾਇਆ ਸੀ, ਪਰ ਜਦੋਂ ਅਸੀਂ ਫਤਿਹ ਜੰਗ ਬਾਜਵਾ ਹੋਰਾਂ ਦੀ ਗੱਲ ਕਰਦੇ ਹਾਂ, ਪ੍ਰਤਾਪ ਬਾਜਵਾ ਦੇ ਨਾ ਛੋਟੇ ਭਰਾ ਨੇ, ਔਰ ਤੁਸੀਂ ਦੇਖੋ ਵੀ ਇਹ ਨਾ ਕਹਿੰਦੇ ਹੁੰਦੇ ਨਾ ਵੀ ਅੰਡਾ ਅੰਨਾ ਵੰਡੇ ਸੀਰ ਨੀ ਮੁੜ ਮੁੜ ਆਪਣਿਆਂ ਨੂੰ। ਜਦੋਂ ਕੈਪਟਨ ਸਾਹਿਬ ਹੋਣਾ ਦਾ ਨਾ ਖਜ਼ਾਨਾ ਖੋਲਿਆ ਤੇ ਉਸ ਵੇਲੇ ਉਹਨਾਂ ਨੇ ਨੌਕਰੀ ਦਿੱਤੀ ਤਾਂ ਫਤਿਹ ਜੰਗ ਬਾਜਵਾ ਦੇ ਮੁੰਡੇ ਨੂੰ ਦੇ ਦਿੱਤੀ ਸੀਗੀ ਪੁਲਿਸ ਦੇ ਵਿੱਚ ਨੌਕਰੀ। ਉਸ ਤੋਂ ਬਾਅਦ ਵਿੱਚ ਉਸੇ ਹੀ ਨੌਕਰੀ ਨੂੰ ਡਿਕਲਾਈਨ ਕਰ ਦਿੱਤਾ ਗਿਆ, ਔਰ ਡਿਕਲਾਈਨ ਕਰਨ ਦਾ ਸਿਰਫ ਇੱਕੋ ਇੱਕ ਕਾਰਨ ਸੀਗਾ, ਜਿਸ ਵੇਲੇ ਕੈਪਟਨ ਹੁਣੀ ਪੂਰੀ ਸਾਖ ਉਹਨਾਂ ਦੀ ਉੱਚੀ ਸੀਗੀ, ਉਸ ਵੇਲੇ ਡਿਕਲਾਈਨ ਕਰਨ ਦਾ ਇੰਨਾ ਸੀ ਕਿ ਚਲੋ ਇਹ ਬੱਚੇ ਵੀ ਜਿਹੜੇ ਹੈਗੇ ਉਹ ਸਿਆਸਤ ਵਿੱਚ ਆ ਜਾਣਗੇ, ਪਰ ਯਾਰੀਆਂ ਜਿਹੜੀਆਂ ਨਿਭਾਈਆਂ ਹੋਈਆਂ। ਹੁਣ ਤੁਸੀਂ ਕਿਤੇ ਨਾ ਕੈਪਟਨ ਹੋਣਾ ਦੀ ਪਿੱਛੇ ਜਿਹੜਾ ਉਹ ਪੇਜ ਹੈਗਾ ਉਹਨਾਂ ਨੇ ਫੇਸਬੁੱਕ ਉੱਤੇ ਬਣਾਇਆ ਹੋਇਆ ਤੇ ਉਹ ਤੁਸੀਂ ਦੇਖੋ ਤੇ ਉਹਦੇ ਤੋਂ ਨਾ ਪਤਾ ਲੱਗਦਾ ਹੈ ਵੀ ਇਹ ਉਹਨਾਂ ਨੇ ਨਾ ਲਿਖਿਆ ਹੋਇਆ ਉਹਦੇ ਉੱਤੇ ਵੀ ਪਹਿਲਾਂ ਤੁਸੀਂ ਗਦਾਰੀਆਂ ਹੁੰਦੀਆਂ ਦੇਖੀਆਂ, ਹੁਣ ਯਾਰੀਆਂ ਫੁੱਗਦੀਆਂ ਵੀ ਦੇਖ ਲਿਓ। ਇਹ ਫੇਸਬੁੱਕ ਉੱਤੇ ਜਦੋਂ ਲਿਖਿਆ ਸੀ ਨਾ ਕੈਪਟਨ ਹੋਣਾ ਨੇ, ਉਦੋਂ ਹੀ ਸ਼ੱਕ ਪੈਣੀ ਸ਼ੁਰੂ ਹੋ ਗਈ ਸੀਗੀ ਵੀ ਕਿਤੇ ਨਾ ਕਿਤੇ ਨਾ ਇਹਨਾਂ ਨੇ ਕਾਂਗਰਸ ਨੂੰ ਖਾਲੀ ਕਰਨਾ ਹੌਲੀ ਹੌਲੀ ਕਰਕੇ, ਔਰ ਉਹ ਵੀ ਖਾਸ ਤੌਰ ਦੇ ਉੱਤੇ ਮਾਝੇ ਤੋਂ। ਔਰ ਮਾਝੇ ਦੇ ਅੱਜ ਜਿਹੜੇ ਦੋ ਜਰਨੈਲ ਹੈਗੇ ਆ, ਪ੍ਰਤਾਪ ਸਿੰਘ ਬਾਜਵਾ ਕਹਿ ਲਓ, ਦੂਸਰਾ ਬਲਵਿੰਦਰ ਲਾਡੀ ਜਿਹੜਾ ਵਿਧਾਇਕ ਹੈ ਜੀ ਉਹ ਹਰਗੋਬਿੰਦਪੁਰ ਤੋਂ, ਉਹਨਾਂ ਦੋਨਾਂ ਨੇ ਤੇ ਦੋ ਕੁ ਵਿਧਾਇਕ ਜਿਹੜੇ ਹੈਗੇ ਉਹ ਹੋਰ ਵੀ ਨਾਲ ਲਿਜਾ ਸਕਦੇ ਆ, ਬਾਜਵਾ ਦੇ ਨਾਲ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਆ। ਸੋ ਇਹ ਜਿਹੜੀ ਕੈਪਟਨ ਦੀ ਟੀਮ ਹੈਗੀ ਆ ਉਹ ਹੌਲੀ ਹੌਲੀ ਇਕੱਠੀ ਹੋ ਰਹੀ ਆ, ਔਰ ਇੱਕ ਖੇਮਾ ਜਿਹੜਾ ਹੈ ਉਹ ਹੌਲੀ ਹੌਲੀ ਮਜ਼ਬੂਤ ਵੀ ਹੋ ਰਿਹਾ। ਤੁਸੀਂ ਦੇਖੋ ਕਿ ਇਹਦੇ ਉੱਤੇ ਪ੍ਰਭਾਵ ਨਰਿੰਦਰ ਮੋਦੀ ਦਾ ਵੀ ਆ, ਇਹਦੇ ਉੱਤੇ ਪ੍ਰਭਾਵ ਕੈਪਟਨ ਦੇ ਗੁੱਸੇ ਦਾ ਵੀ ਆ, ਕੈਪਟਨ ਨੂੰ ਜਿੱਦਾਂ ਨਕਾਰਿਆ ਗਿਆ, ਔਰ ਸਿੱਧੂ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਲਾਇਕੀ ਵੀ ਸਮਝ ਆਉਂਦੀ ਆ ਵੀ ਹੁਣ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਪੈਣਾ ਆ, ਨਹੀਂ ਤਾਂ ਹੌਲੀ ਹੌਲੀ ਕਰਕੇ ਜਦੋਂ ਘਰ ਖਾਲੀ ਹੋਣ ਲੱਗਦੇ ਆ ਤੇ ਫਿਰ ਸੱਥਰ ਵੀ ਵਿਛੇ ਜਾਂਦੇ ਹੁੰਦੇ ਆ। ਸੋ ਇਸ ਕਰਕੇ ਇਹ ਜ਼ਰੂਰੀ ਆ ਵੀ ਆਪਾਂ ਨਾ ਇਹ ਜਿਹੜਾ ਭਰਾਤਰੀ ਭਾਈਚਾਰਾ ਹੈਗਾ ਉਹਨੂੰ ਕਾਇਮ ਰੱਖ ਲਈਏ। ਪਹਿਲਾਂ ਵਰਗਾ ਮਜ਼ਾ ਨੀ ਲੱਗਦਾ, ਭਰਾ ਵੀ ਅੱਜ ਕੱਲ ਭਾ ਨੀ ਲੱਗਦਾ, ਬਸ ਉਹੀ ਸ਼ਰੀਫ ਆ ਇੱਥੇ ਭਲਿਓ ਜਿਹਦਾ ਦਾ ਨੀ ਲੱਗਦਾ। ਹੁਣ ਜਿਹਦਾ ਦਾ ਨਹੀਂ ਲੱਗਦਾ ਨਾ ਉਹੀ ਸ਼ਰੀਫ ਗਿਣਿਆ ਜਾਂਦਾ ਅੱਜ ਕੱਲ, ਤੇ ਹੁਣ ਦਾ ਲਾ ਲਿਆ ਫਤਿਹ ਜੰਗ ਸਿੰਘ ਬਾਜਵਾ ਹੋਣਾ ਨੇ। ਹੁਣ ਕਾਦੀਆਂ ਦੇ ਵਿੱਚ ਤੁਸੀਂ ਦੇਖੋ ਕਿ ਇਸ ਵੇਲੇ ਜਦੋਂ ਵਿਧਾਇਕੀ ਦੀ ਗੱਲ ਹੋਈ ਸੀ ਨਾ ਤੇ ਫਤਿਹ ਜੰਗ ਬਾਜਵਾ ਹੁਣੀ ਕਹਿੰਦੇ ਸੀ ਕਿ ਮੈਂ ਲੜਨਾ, ਪ੍ਰਤਾਪ ਬਾਜਵਾ ਕਹਿੰਦੇ ਵੀ ਮੈਂ ਲੜਨਾ, ਔਰ ਕਾਦੀਆਂ ਤੋਂ ਚੋਣ ਲੜਨ ਦੇ ਕਰਕੇ ਇੱਕ ਦੂਜੇ ਦੇ ਨਾਲ ਉਹ ਸਿੰਗਰ ਸਾਹਿਬ ਬੈਠੇ ਹੁੰਦੇ ਸੀਗੇ। ਸੋ ਇਸ ਕਰਕੇ ਇਹ ਜਿਹੜੀ ਦੋਸਤੀ ਦੁਸ਼ਮਣੀ ਦੇ ਵਿੱਚ ਜਦੋਂ ਬਦਲਦੀ ਹੈ ਨਾ ਤੇ ਉਹ ਕਿਤੇ ਨਾ ਕਿਤੇ ਮੁਕਾਮ ਉੱਤੇ ਤਾਂ ਜ਼ਰੂਰ ਪਹੁੰਚਦੀ ਆ। ਰਾਣਾ ਗੁਰਮੀਤ ਸੋਢੀ ਹੁਣਾਂ ਨੂੰ ਲੈ ਲਓ, ਗੁਰਜੀਤ ਔਜਲਾ ਨੂੰ ਲੈ ਲਓ, ਇਹ ਬਾਜਵਾ ਬ੍ਰਦਰਸ ਨੂੰ ਲੈ ਲਓ, ਬਲਵਿੰਦਰ ਲਾਡੀ ਨੂੰ ਲੈ ਲਓ, ਫਿਰ ਦਿਨੇਸ਼ ਮੋਂਗੀਆ ਉਹ ਵੀ ਭਾਜਪਾ ਦੇ ਵਿੱਚ ਚਲ ਗਏ ਆ। ਸੋ ਬਹੁਤ ਸਾਰੇ ਜਿਹੜੇ ਹੈਗੇ ਆ ਨਾ ਉਹ ਹੁਣ ਸਟਰੋਂਗ ਕਰਦੇ ਪਏ ਨੇ, ਹੁਣ ਕੇਡਰ ਜਿਹੜਾ ਹੈ ਉਹ ਇੰਨਾ ਕੁ ਜ਼ਿਆਦਾ ਸਟਰੋਂਗ ਹੁੰਦਾ ਨਜ਼ਰ ਆ ਰਿਹਾ ਵੀ ਹੌਲੀ ਹੌਲੀ ਕਰਕੇ ਬਾਕੀ ਪਾਰਟੀਆਂ ਦੇ ਵਿੱਚੋਂ ਹੁਣ ਰਹਿੰਦੀ ਖਹਿੰਦੀ ਜਿਹੜੀ ਕਸਰ ਹੈਗੀ ਆ ਉਹ ਸੰਯੁਕਤ ਸਮਾਜ ਮੋਰਚੇ ਨੇ ਕੱਢ ਦੇਣੀ ਆ, ਕਿਉਂਕਿ ਉਹਨੇ ਆਪਣੀ ਵੋਟ ਬੈਂਕ ਜਿਹੜੀ ਹੈ ਉਹ ਅਲੱਗ ਤੌਰ ਦੇ ਉੱਤੇ ਲੈ ਕੇ ਬੈਠ ਜਾਣੀ ਆ, ਅਕਾਲੀ ਦਲ ਨੇ ਅਲੱਗ ਲੈ ਕੇ ਬੈਠ ਜਾਣੀ ਆ, ਕਾਂਗਰਸ ਦੀ ਜਿਹੜੀ ਪੱਕੀ ਵੋਟ ਹੈ ਉਹ ਹੌਲੀ ਹੌਲੀ ਕਰਕੇ ਟੁੱਟ ਰਹੀ ਆ, ਕਿਉਂਕਿ ਕੈਪਟਨ ਟੁੱਟ ਰਿਹਾ ਤੇ ਇਸੇ ਤਰ੍ਹਾਂ ਦੇ ਨਾਲ ਮਾਝਾ ਹੌਲੀ ਹੌਲੀ ਖਾਲੀ ਹੋ ਰਿਹਾ। ਅੱਗੇ ਦੇਖਦੇ ਹਾਂ ਕਿ ਇਸ ਥੈਲੇ ਦੇ ਵਿੱਚੋਂ ਕਿੰਨੀਆਂ ਕੁ ਬਿੱਲੀਆਂ ਬਾਹਰ ਨਿਕਲਦੀਆਂ ਆ। ਵੈਸੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦਾ ਕਮਲ ਫੜ ਲਿਆ ਆ ਫਤਿਹ ਜੰਗ ਸਿੰਘ ਬਾਜਵਾ ਨੇ, ਤੇ ਇਹਦੇ ਵਿੱਚ ਨਾ ਥੋੜੀ ਜਿਹੀ ਯਾਰੀ ਵੀ ਲੱਗਦੀ ਹੈਗੀ ਆ ਤੇ ਥੋੜੀ ਜਿਹੀ ਕਾਂਗਰਸ ਦੇ ਨਾਲ ਗੱਦਾਰੀ ਵੀ ਲੱਗਦੀ ਆ ਜੀ। ਸੋ ਬਾਜਵਾ ਉਹਨਾਂ ਨੂੰ ਹੁਣ ਇਹੀ ਕਹਿ ਸਕਦੇ ਹਾਂ ਵੀ ਚਲੋ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਆ ਉਹ ਵਧੀਆ ਹੋਵੇ, ਪਰ ਕੈਪਟਨ ਹੁਣਾਂ ਨੇ ਆਪਣੀ ਯਾਰੀ ਜਿਹੜੀ ਹੈ ਨਾ ਉਹ ਪੁੱਗਦੀ ਵੇਖ ਲਈ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਿਆਸਤ ਦੇ ਵਿੱਚ ਥੋੜਾ ਜਿਹਾ ਨਾਟਕੀ ਮੋੜ ਲਿਆ ਰਹੀਆਂ ਆ, ਔਰ ਮਜ਼ਾ ਆਉਂਦਾ ਦੇਖਣ ਵਾਲਿਆਂ ਨੂੰ ਜਦੋਂ ਉਹ ਦੇਖਦੇ ਆ ਵੀ ਹਾਂ ਵੀ ਵਾਕਈ ਇਹ ਕਿਸ ਤਰੀਕੇ ਨਾਲ ਖੇਡ ਰਹੇ ਆ। ਇਹ ਇੱਕ ਗੂੰਗੀ ਕਬੱਡੀ ਦੀ ਖੇਡ ਹੈਗੀ ਆ ਜਿਹੜੀ ਆਪਸ ਵਿੱਚ ਹੀ ਖੇਡੀ ਜਾ ਰਹੇ ਆ, ਕੈਪਟਨ ਹੁਣੀ ਆਪਣਾ ਜਿਹੜਾ ਹੈ ਉਹ ਖੇਮਾ ਮਜ਼ਬੂਤ ਕਰੀ ਜਾ ਰਹੇ ਆ, ਦੂਸਰੇ ਪਾਸੇ ਕਾਂਗਰਸ ਖਾਲੀ ਹੋਈ ਜਾ ਰਹੀ ਆ, ਤੀਸਰੇ ਪਾਸੇ ਜਿਹੜਾ ਅਕਾਲੀ ਦਲ ਆ ਉਹਨੂੰ ਹੋਰ ਜ਼ਿਆਦਾ ਫਿਕਰ ਪੈ ਰਿਹਾ, ਤੇ ਚੌਥੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵਿੱਚ ਵੀ ਚੀਮਾ ਜਦੋਂ ਦਾ ਹੋਇਆ ਆ ਉਹ ਵੀ ਇਸ ਵੇਲੇ ਉਲਝਣ ਦੇ ਵਿੱਚ ਹੀ ਹੈਗੀ ਆ ਵੀ ਕਿਹਨੂੰ ਅਸੀਂ ਸੀਐਮ ਦਾ ਚਿਹਰਾ ਐਲਾਨੀਏ ਕਿ ਨਾ ਐਲਾਨੀਏ। ਸੋ ਇਸ ਤਰ੍ਹਾਂ ਦੇ ਨਾਲ ਹੁਣ ਅਸੀਂ ਇਹ ਕਹਿ ਸਕਦੇ ਹਾਂ ਵੀ ਹੌਲੀ ਹੌਲੀ ਭਾਜਪਾ ਆਪਣੀ ਸਟਰੈਟਜੀ ਦੇ ਉੱਤੇ ਪੂਰੀ ਉਤਰ ਰਹੀ ਆ,
ਔਰ ਅਲਾਇੰਸ ਜਦੋਂ ਦਾ ਕੀਤਾ ਉਹਨਾਂ ਨੇ ਨਾ ਪੰਜਾਬ ਕਾਂਗਰਸ ਦੇ ਨਾਲ, ਉਸ ਵੇਲੇ ਤੋਂ ਹੀ ਕੈਪਟਨ ਨੇ ਇਸ ਭਾਜਪਾ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਵੀ ਇਹ ਬਾਜਵਾ ਵਰਸਸ ਬਾਜਵਾ ਕਿੱਧਰ ਨੂੰ ਜਿਹੜਾ ਹੈਗਾ ਊਠ ਪਲਟਦਾ। ਸੋ ਸ਼ੁਭ ਇਸ਼ਾਵਾਂ ਹੀ ਦੇ ਸਕਦੇ ਹੁਣ, ਇਸ ਤੋਂ ਜ਼ਿਆਦਾ ਜਿਹੜਾ ਹੈ ਉਹ ਕੁਛ ਵੀ ਅਜੇ ਕਿਹਾ ਨਹੀਂ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੇਖਣ ਸੁਣਨ ਵਾਲੇ ਹੈਗੇ ਉਹਨਾਂ ਨੂੰ ਮਜ਼ਾ ਜ਼ਰੂਰ ਆਊਗਾ ਵੀ ਇਹ ਕਿਸ ਤਰੀਕੇ ਦੇ ਨਾਲ ਖੇਡਿਆ ਜਾ ਰਿਹਾ। ਜੀ, ਸਾਰੀ ਜਾਣਕਾਰੀ ਦੇਣ ਲਈ ਗਗਨਦੀਪ ਜੀ ਤੁਹਾਡਾ ਧੰਨਵਾਦ। ਜੀ ਸ਼ੁਕਰੀਆ। ਦੇਸ਼ ਦੁਨੀਆ ਦੀਆਂ ਨਵੀਆਂ ਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰੋ।